ਇਕ ਕੁਦਰਤ ਦੀ ਮਾਰ ਦਾ ਜਿਹੜਾ ਅੰਸ਼ ਹੈ ਨਾ ਉਹ 5% ਹੈ 95% ਸਰਕਾਰੀ ਅਫਸਰਾਂ ਦੀ ਅਨਗੈਲੇ ਦੀ ਮਾਰ ਹੈ ਪੰਜਾਬ ਸਰਕਾਰ ਦੀ ਅਨਗੈਲੇ ਦੀ ਮਾਰ ਹੈ ਇਹ ਜਿੱਥੇ ਅਸੀਂ ਖੜੇ ਆ ਇਸ ਦੇ ਅੰਦਰ ਜਿਹੜੀ ਗਾਧ ਹੈ ਲਗਭਗ 15 ਮੀਟਰ ਹੈ 50 ਫੀਟ ਦੀ ਗਾਧ ਹੈ ਜੇ ਇੱਥੇ 10 ਫੀਟ ਹੁਣ ਜੀਸੀਬੀ ਲਾਈਏ ਸੀ 5 ਤੋਂ 10 ਫੀਟ ਚ ਸੇਮ ਥਲੇ ਪਾਣੀ ਆ ਜਾਊਗਾ ਤੇ ਜੇ 50 ਫੀਟ ਗਾਧ ਨਾ ਹੁੰਦੀ ਇਹ ਭਰਿਆ ਹੁੰਦਾ ਇਧਰ ਪਾਣੀ ਹੁੰਦਾ ਇੱਥੇ ਮੱਛੀਆਂ ਹੁੰਦੀਆਂ ਔਰ ਆਸ-ਪਾਸ ਜਾਨਵਰ ਰੱਖੇ ਤੇ ਪਾਣੀ ਵੀਰੇ ਹੁੰਦੇ ਤੁਹਾਡੀ ਕਹਿੰਦੇ ਮੁਤਾਬਕ ਇਹਦੇ ਵਿੱਚ ਗਾਰ ਆ ਕੇ 15 15 ਫੁੱਟ ਗਾਰ ਜੰਮੀ ਹੋਈ ਐ 15 ਮੀਟਰ 50 ਫੁੱਟ 15 ਮੀਟਰ 50 ਫੁੱਟ ਔਰ ਹੋਰ ਤਾਂ ਹੋਰ 93 ਚ ਜਦ ਵਰਲਡ ਬੈਂਕ ਦੇ ਪ੍ਰੋਜੈਕਟ ਤੋਂ ਬਾਅਦ ਇਹ ਡੈਮ ਦੀ ਕੰਸਟਰਕਸ਼ਨ ਹੋਈ ਉਸ ਤੋਂ ਲੈ ਕੇ ਹੁਣ ਤੱਕ ਇਹਦੀ ਡੀਸੀਲਟਿੰਗ ਨਹੀਂ ਹੋਈ ਇਹਦੇ ਮਿੱਟੀ ਨਹੀਂ ਗਾਹ ਤੇ ਨਹੀਂ ਕੱਢੇਗੀ ਔਰ ਅੱਜ ਗਾਧ ਜੜੀ ਹੈ ਬਿਲਕੁਲ ਨੱਕੋ ਨੱਕ ਆ ਗਈ ਹੋਈ ਹੈ ਜੇ ਹੋਰ ਹੀ ਕਾਦਾ ਮੌਸਮ ਪਾਣੀ ਦਾ ਨਿਕਲਿਆ ਚੰਗਾ ਤੇ ਮੈਨੂੰ ਲੱਗਦਾ ਕਿ 4-5 3-4 ਫੁੱਟ ਹੋਰ ਆਣੀ ਉਸ ਵਕਤ ਪਾਣੀ ਖੜਨਾ ਇਥੇ ਬੰਦ ਹੋ ਜਾਣਾ ਹੈ ਤੇ ਇਹਦੇ ਲਈ ਜ਼ਿੰਮੇਵਾਰ ਜੇ ਹੈ ਤਾਂ ਇਰੀਗੇਸ਼ਨ ਡਿਪਾਰਟਮੈਂਟ ਹੈ ਤੁਸੀਂ ਆਸ-ਪਾਸ ਦੇ ਹਾਲਾਤ ਉਹਨੇ ਦੇਖ ਰਹੇ ਸੀ ਕਿੰਨਾ ਕਿ ਨੁਕਸਾਨ ਹੋਇਆ ਦੇਖੋ ਜਿਹੜਾ ਫਸਲਾਂ ਦਾ ਨੁਕਸਾਨ ਜਿਹੜਾ ਖੇਤਾਂ ਦਾ ਨੁਕਸਾਨ ਇਸ ਡੈਮ ਬਣਨ ਕਰਕੇ ਛੋਟੀ ਪੜਛ ਵੱਡੀ ਪੜਛ ਸਿਉਂਕ ਜਿਹੜੇ ਆਸ-ਪਾਸ ਦੇ ਪਿੰਡਾਂ ਜਿਹਨੂੰ ਜਿਹੜਾ ਹਰਿਆਲੀ ਆ ਗਈ ਬੰਜਰ ਜ਼ਮੀਨ ਨੂੰ ਪਾਣੀ ਮਿਲ ਗਿਆ ਉਹ ਨੁਕਸਾਨ ਤਾਂ ਬਾਅਦ ਦੀ ਗੱਲ ਹੈ ਪਹਿਲੇ ਨੁਕਸਾਨ ਇੱਥੇ ਗੱਲ ਕਰੀਏ ਵਾਈਲਡ ਲਾਈਫ ਦੀ ਨੁਕਸਾਨ ਤੇ ਗੱਲ ਕਰੀਏ ਜੰਗਲੀ ਜਾਨਵਰਾਂ ਦਾ ਕਰੀਏ ਇਸ ਡੈਮ ਦੇ ਅੰਦਰ ਬਹੁਤ ਸਾਰੀਆਂ ਮੱਛੀਆਂ ਸੀਗੀਆਂ ਇਸ ਡੈਮ ਦੇ ਅੰਦਰ ਕਛੂਏ ਸੀਗੇ ਇਸ ਡੈਮ ਦੇ ਅੰਦਰ ਹੋਰ ਪਾਣੀ ਦੇ ਜੀਵ ਜੰਤੂ ਸੀਗੇ ਸਾਰੇ ਫਰੌਗ ਜਿਹੜੇ ਸਾਰੇ ਸਾਰੇ ਹੁਣ ਮਰ ਚੁੱਕੇ ਨੇ ਨਹੀਂ ਨੇ ਇਹ ਪਰਲੇ ਪਾਸੋਂ ਬਾਰਾ ਸਿੰਘ ਆਂਦਾ ਸਾਂਬਰ ਆਉਂਦਾ ਜਾਂ ਫਿਰ ਨੀਲ ਗਾਇ ਆਂਦੀ ਹੈ ਜਾਂ ਹੋਰ ਜਿਹੜੇ ਜਾਨਵਰ ਇੱਥੋਂ ਆਉਂਦੇ ਨੇ ਉਸ ਗਾਜ ਚਾ ਕੇ ਫਸ ਜਾਂਦੇ ਨੇ ਪਾਣੀ ਪੀਣ ਆਂਦੇ ਗਾਜ ਚ ਫਸ ਜਾਂਦੇ ਉਹਦੇ ਟੰਗਾ ਟੁੱਟ ਜਾਂਦੀਆਂ ਟੰਗਾ ਟੁੱਟਦੀ ਜਾਨਵਰ ਦੀ ਉਸ ਚੱਲ ਨਹੀਂ ਸਕਦਾ ਉਸ ਜੰਗਲੀ ਕੁੱਤੇ ਨੋਚ ਨੋਚ ਕੇ ਖਾ ਲੈਂਦੇ ਲਗਭਗ 650 ਦੇ ਕਰੀਬ ਇਹ ਪਿੰਡ ਵਾਲੇ ਲੱਛ ਨੇ 650 ਦੇ ਕਰੀਬ ਇੱਥੇ ਐਸਟੀਮੇਟ ਹੈ ਜਿਹੜੇ ਜਾਨਵਰ ਦੀ ਮੌਤ ਇੱਥੇ ਹੋਈ ਹੈ ਅਨਗਿਲੀ ਕਿਦੀ ਹੈ ਇਰੀਗੇਸ਼ਨ ਡਿਪਾਰਟਮੈਂਟ ਵਾਈਲਡਲਾਈਫ ਕਨਜ਼ਰਵੇਸ਼ਨ ਡਿਪਾਰਟਮੈਂਟ ਤੇ ਮਾਈਨਿੰਗ ਡਿਪਾਰਟਮੈਂਟ ਜਿਹੜੇ ਤੋਂ ਡੀਸੀਲਟਿੰਗ ਨਹੀਂ ਕਰਨ ਦੇਦਾ ਕਿਉਂਕਿ ਲੋਕ ਕਾਰ ਸੇਵਾ ਕਰਕੇ ਡੀਸਿਲਟਿੰਗ ਕਰਨਾ ਚਾਹੁੰਦੇ ਨੇ ਲੋਕ ਇੱਥੇ ਕੰਮ ਕਰਨਾ ਚਾਹੁੰਦੇ ਨੇ ਮਾਈਨਿੰਗ ਵਾਲਾ ਕਿ ਰੋਕ ਦਿੰਦੇ ਨੇ ਹੁਣ ਦੇਖ ਰਹੇ ਕਿ ਕੋਈ ਟਰੈਕਟਰ ਲੱਗੇ ਟੋਏ ਪੱਟੇ ਜਾ ਰਹੇ ਆ ਪਾਣੀ ਵੀ ਪਾਇਆ ਜਾ ਰਿਹਾ ਕੋਈ ਟੈਂਕਰਾਂ ਨਾਲ ਇਸ ਤਰ੍ਹਾਂ ਕੀ ਵੀ ਇੱਥੇ 4-5 ਦਿਨ ਪਹਿਲੇ ਥੇ ਇੱਕ ਰੀਲ ਬਣਾਈ ਲੋਕਾਂ ਨੇ ਪਿੰਡ ਦੇ ਲੋਕਾਂ ਨੇ ਔਰ ਉਹ ਵਾਇਰਲ ਹੋ ਗਈ ਔਰ ਵਾਇਰਲ ਹੋਣ ਕਰਕੇ ਇੱਥੇ ਲੋਕ ਸੇਵਾ ਕਰਨ ਨੂੰ ਆਣਾ ਸ਼ੁਰੂ ਹੋ ਗਏ ਪਹਿਲੇ ਪਿੰਡ ਦੇ ਲੋਕ ਸੇਵਾ ਕਰਦੇ ਸੀ ਹੁਣ ਚੰਡੀਗੜ੍ਹ ਤੋਂ ਨਾਸਤੋ ਮਣੀ ਮੱਜਰਾ ਡੇਰਾਵਸੀ ਲਾਲੜੂ ਤੋਂ ਵੀ ਲੋਕ ਇੱਥੇ ਪਾਣੀ ਦੀ ਸੇਵਾ ਕਲਕੱਤਾ ਤੋਂ ਲੋਕ ਪਾਣੀ ਸੇਵਾ ਲਗਾ ਰਹੇ ਨੇ ਇਹ ਉਹ ਲੋਕ ਨੇ ਜੋ ਟਰੈਕਟਰ ਤੇ ਆਣਾ ਦੇਖੋਗੇ ਜਿਹੜੇ ਆਪ ਸੇਵਾ ਕਰਦੇ ਨੇ ਪਰ ਦੁੱਖ ਦੀ ਗੱਲ ਹੈ ਅਸਫੇਰੇ ਇਰੀਗੇਸ਼ਨ ਡਿਪਾਰਟਮੈਂਟ ਆਇਆ ਇਹਨੇ ਇਹ ਸੇਵਾ ਵੀ ਬੰਦ ਕਰਾਤੀ ਕਹਿੰਦੇ ਤੁਸੀਂ ਕਰ ਨਹੀਂ ਸਕਦੇ ਪਰਮਿਸ਼ਨ ਲੋ ਉਹ ਭਲੇ ਮਾਨਸੋ ਤੁਸੀਂ ਗਾਹ ਤੇ ਕੱਢ ਨਹੀਂ ਸਕਦੇ ਪਾਣੀ ਇਨਸ਼ੋਰ ਕਰ ਨਹੀਂ ਸਕਦੇ ਤੇ ਜਿਹੜੇ ਲੋਕ ਪਿੰਡ ਦੇ ਆਪ ਕੋਸ਼ਿਸ਼ ਕਰਦੇ ਪਏ ਤੁਸੀਂ ਉਹਨਾਂ ਨੂੰ ਰੋਕਦੇ ਪਿਓ ਇਹ ਬਹੁਤ ਵੱਡੀ ਸਰਕਾਰ ਦੀ ਅੰਗਲੀ ਹੈ ਮੇਰੀ ਬੇਨਤੀ ਹੈ ਮਾਨ ਸਾਹਿਬ ਨੂੰ ਬੇਨਤੀ ਹੈ ਕਿ ਤੁਰੰਤ ਜਿਹੜਾ ਹੈਗਾ ਇਰੀਗੇਸ਼ਨ ডিপਾਰਟਮੈਂਟ ਵਾਈਲਡਲਾਈਫ ਕਨਜ਼ਰਵੇਸ਼ਨ ডিপਾਰਟਮੈਂਟ ਔਰ ਮੈਨੀ ডিপਾਰਟਮੈਂਟ ਦੇ ਜਿਹੜੇ ਇਸ ਇਲਾਕੇ ਦੇ ਅਫਸਰ ਹੈ ਉਹਨਾਂ ਦੇ ਉੱਪਰ 650 ਜਾਨਵਰਾਂ ਦੀ ਮੌਤ ਦਾ ਪਰਚਾ ਦਰਜ ਹੋਣਾ ਚਾਹੀਦਾ ਦੂਜਾ ਇਹ ਡੀਸਿਲਟਿੰਗ ਦਾ ਜੇ ਕਹਿੰਦੇ ਟੈਂਡਰ ਲੱਗਿਆ ਤੇ ਟੈਂਡਰ ਲੱਗਿਆ ਤੇ ਉਹ ਟੈਂਡਰ ਨੂੰ ਪੂਰਾ ਕਰੋ ਇਹਦੀ ਡੀਸਿਲਟਿੰਗ ਕਰਾਓ ਤੇ ਨਾਲ ਇਹ ਵੀ ਜ਼ਰੂਰ ਕਰੋ ਕਿ 93 ਤੋਂ ਹੁਣ ਤੱਕ ਜਿਹੜਾ ਹੈਗਾ ਡੀਸਿਲਟਿੰਗ ਕਿਉਂ ਨਹੀਂ ਹੋਈ ਤੇ ਜੇ ਡੀਸਿਲਟਿੰਗ ਕਾਗਜ਼ਾਂ 'ਚ ਹੋਈ ਹੈ ਤੇ ਉਹਦੇ ਵੀ ਕ腐ਸ਼ਨ ਦੀ ਜ਼ਿੰਮੇਵਾਰੀ ਅਫਸਰਾਂ ਦੀ ਫਿਕਸ ਹੋਣੀ ਚਾਹੀਦੀ